ਸ਼ੁਰੂਆਤ ਕਰਾਂਗੇ ਅੱਜ ਦੀਆਂ ਖਾਸ ਖਬਰਾਂ ਦੇ ਨਾਲ। ਸੋ ਅੱਜ ਮਾਲਵੇ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ। ਫਿਰੋਜ਼ਪੁਰ ਅਤੇ ਫਰੀਦਕੋਟ ਹਲਕਿਆਂ ਦੇ ਵਿੱਚ ਕਰਨਗੇ ਪ੍ਰਚਾਰ। ਸੋ ਫਿਰੋਜ਼ਪੁਰ ਦੇ ਵਿੱਚ ਕਾਕਾ ਬਰਾੜ ਦੇ ਲਈ ਕਰਨਗੇ ਰੋਡ ਸ਼ੋਅ, ਬਾਘਾ ਪੁਰਾਣਾ ਵਿਖੇ ਕਰਮਜੀਤ ਅਨਮੋਲ ਦੇ ਲਈ ਜਨ ਸਭਾ ਨੂੰ ਕਰਨਗੇ ਸੰਬੋਧਿਤ। ਸੋ ਅੱਜ ਮਾਲਵੇ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਚੋਣ ਪ੍ਰਚਾਰ ਹੋਵੇਗਾ। ਸੋ ਅੱਜ ਮਾਲਵੇ 'ਚ ਮੁੱਖ ਮੰਤਰੀ ਹੋਣਗੇ, ਜਿੱਥੇ ਕਿ ਉਹਨਾਂ ਵੱਲੋਂ ਫਿਰੋਜ਼ਪੁਰ ਅਤੇ ਫਰੀਦਕੋਟ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਸੋ ਬਾਘਾ ਪੁਰਾਣਾ ਵਿਖੇ ਕਰਮਜੀਤ ਅਨਮੋਲ ਦੇ ਲਈ ਜਨ ਸਭਾ ਨੂੰ ਸੰਬੋਧਿਤ ਕਰਨਗੇ। ਸੋ ਅੱਜ ਮਾਲਵੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਚੋਣ ਪ੍ਰਚਾਰ ਹੋਵੇਗਾ। ਫਿਰੋਜ਼ਪੁਰ ਅਤੇ ਫਰੀਦਕੋਟ ਹਲਕਿਆਂ ਦੇ ਵਿੱਚ ਇਹ ਚੋਣ ਪ੍ਰਚਾਰ ਹੈ ਜਿਹੜਾ ਕਿ ਅੱਜ ਕੀਤਾ ਜਾਵੇਗਾ। ਜਨ ਸਭਾ ਨੂੰ ਸੰਬੋਧਿਤ ਕਰਨਗੇ। ਫਿਰੋਜ਼ਪੁਰ ਦੇ ਵਿੱਚ ਕਾਕਾ ਬਰਾੜ ਦੇ ਲਈ ਤੇ ਬਾਘਾ ਪੁਰਾਣਾ ਵਿਖੇ ਕਰਮਜੀਤ ਅਨਮੋਲ ਦੇ ਲਈ ਜਨ ਸਭਾ ਨੂੰ ਸੰਬੋਧਿਤ ਕਰਨਗੇ ਸੀਐਮ ਭਗਵੰਤ ਮਾਨ। ਸੋ ਅੱਜ ਮਾਲਵੇ ਦੇ ਵਿੱਚ ਹੋਵੇਗਾ ਚੋਣ ਪ੍ਰਚਾਰ। ਆਪ ਦਾ ਮਿਸ਼ਨ 13-0 ਜਿਸ ਦੇ ਤਹਿਤ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ। ਵੱਖ ਵੱਖ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ ਅੱਜ ਮਾਲਵੇ ਦੇ ਵਿੱਚ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ।